ਮੇਰੇ ਸਾਹਿਬ ਜੀ ਅੱਗੇ ਕਹਿੰਦੇ ਸੰਤ ਕਾ ਦੁਖੀ ਭੁੱਖਾ ਕਦੀ ਉਹਦੀ ਤ੍ਰਿਪਤੀ ਨਹੀਂ ਹੋ ਸਕਦੀ, ਭਾਵੇਂ ਅਰਬਾਂ ਪਤੀ ਬਣ ਜਾਏ ਫਿਰ ਵੀ ਭੁੱਖਾ ਹੈ। ਮੇਰੇ ਸਤਿਗੁਰੂ ਪਿਤਾ ਜੀ ਕਹਿੰਦੇ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜਿਉ ਪਾਵਕ, ਜਿਸ ਤਰ੍ਹਾਂ ਅੱਗ ਲੱਕੜ ਤੇ ਤੇਲ ਨਾਲ ਨਹੀਂ ਕਦੀ ਰੱਜਦੀ, ਲੱਕੜਾਂ ਪਾਈ ਜੋ ਪਾਈ ਜੋ ਪਾਈ ਜੋ, ਇਸ ਤਰ੍ਹਾਂ ਜਿਹੜਾ ਸੰਤ ਦਾ ਦੁਖੀ ਆ ਉਹ ਕਦੀ ਭੁੱਖਾ ਨਹੀਂ ਰੱਜਦਾ, ਉਹਦੀ ਤ੍ਰਿਸ਼ਨਾ ਵੱਧਦੀ ਜਾਂਦੀ ਵੱਧਦੀ ਜਾਂਦੀ। ਥੋੜਾ ਜਿਹਾ ਡੇਰਾ ਇੱਕ ਹੋਰ ਖੋਲ ਲਈਏ, ਇੱਕ ਡੇਰਾ ਹੋਰ ਖੋਲ ਲਈਏ, ਇੱਕ ਡੇਰਾ ਹੋਰ ਖੋਲ ਲਈਏ, ਉਹ ਜਿਹੜੇ ਗੁਰੂ ਪੰਥ ਦੇ ਦੁਖੀ ਲੋਕ ਆ ਉਹਨਾਂ ਨੂੰ ਕਦੀ ਸ਼ਾਂਤੀ ਨਹੀਂ ਆਉਂਦੀ, ਕਦੀ ਤ੍ਰਿਪਤੀ ਨਹੀਂ ਆਉਂਦੀ, ਅੱਗੇ ਤੋਂ ਅੱਗੇ ਭੁੱਖ ਵੱਧਦੀ ਜਾਂਦੀ ਸੰਤ ਕੇ ਦੁਖੀ ਦੀ। ਅੱਗੇ ਆਖੋ ਵਾਹਿਗੁਰੂ ਸਾਹਿਬ ਜੀ ਅੱਗੇ ਕਹਿੰਦੇ ਸੰਤ ਕਾ ਦੁਖੀ ਛੁੱਟੇ ਅਕੇਲਾ, ਇੱਕ ਦਿਨ ਇਸ ਤਰ੍ਹਾਂ ਇਕੱਲਾ ਰਹਿ ਜਾਂਦਾ ਸੰਤ ਦਾ ਦੁਖੀ ਜਿਉ ਬੁਵਾੜ। ਬੁਵਾੜ ਪਤਾ ਜੇ ਬੁਵਾੜ ਦਾ ਕਿ ਨਹੀਂ, ਕਿਹਨੂੰ ਪਤਾ ਹੈ, ਸਿਰ ਮਾਰਨੀ ਪਤਾ ਨਹੀਂ, ਹਾਂਜੀ ਦੱਸੋ, ਨਹੀਂ ਨਹੀਂ ਆਖੋ ਵਾਹਿਗੁਰੂ। ਤਿਲ ਬੀਜੀਏ ਨਾ ਤਿਲ, ਤੇਰਾ ਹਾਜ਼ਰ ਰਜੋ, ਤੇ ਤਿਲਾਂ ਦੇ ਵਿੱਚ ਇੱਕ ਬੂਟਾ ਉੱਗਦਾ ਹੈ, ਉਹਦੇ ਪੱਤੇ ਤਿਲਾਂ ਵਰਗੇ ਹੁੰਦੇ, ਉਹਦੇ ਫੁੱਲ ਉਹਦੀ ਡੋਡੀ ਬਿਲਕੁਲ ਤਿਲਾਂ ਵਰਗੀ ਹੁੰਦੀ, ਮਗਰ ਤਿਲਾਂ ਤੋਂ ਵੀ ਐਡਾ ਮੋਟਾ ਭਾਰਾ ਬੂਟਾ ਹੁੰਦਾ। ਤੇ ਜੱਟ ਆਇਆ, ਸਮਝ ਰਹੇ ਹੋ, ਜੱਟ ਆਇਆ ਤੇ ਉਹਨੇ ਦਾਤਰੀ ਲਈ ਤੇ ਤਿਲ ਪੱਕ ਗਏ ਸੀ, ਜਿਹੜੇ ਪੱਕ ਗਏ ਉਹਨਾਂ ਨੂੰ ਚੁਣਨਾ ਸ਼ੁਰੂ ਕੀਤਾ ਪੈਲੀ ਦੇ ਵਿੱਚ, ਜਿੰਨੇ ਜਿੰਨੇ ਤਿਲਾਂ ਦੇ ਬੂਟੇ ਸੀ ਸਾਰੇ ਉਹਨੇ ਚੁਣ ਲਏ, ਬੁਆੜ ਦਾ ਬੂਟਾ ਛੱਡਤਾ। ਆਖੋ ਵਾਹਿਗੁਰੂ, ਕਿਉਂਕਿ ਜੱਟ ਨੂੰ ਪਤਾ ਸੀ ਵੀ ਇਹ ਤਿਲਾਂ ਦਾ ਬੂਟਾ ਨਹੀਂ, ਇਹਦੇ ਪੱਤੇ ਨੇ, ਇਹਦੀ ਡੋਡੀ ਆ, ਮਗਰ ਇਹ ਤਿਲ ਨਹੀਂ। ਕਿਸੇ ਨੇ ਲਾਗੇ ਆਣ ਕੇ ਰੋਸ ਕੀਤਾ ਵੀ ਵੀਰ ਆ ਸੁੱਕੇ ਸੁੱਕੇ ਬੂਟੇ ਤੂੰ ਸਾਰੇ ਚੁਣ ਲਏ, ਇਹਦੀ ਡੋਡੀ ਉਹਦੇ ਵਰਗੀ, ਇਹਦੇ ਫੁੱਲ ਇਹਦੇ ਵਰਗੇ, ਇਹਨੂੰ ਕਿਉਂ ਛੱਡਤਾ ਜੀ? ਉਹਨੇ ਕਿਹਾ ਸੱਜਣਾ ਇਹ ਤਿਲ ਨਹੀਂ। ਕਹਿੰਦਾ ਬੂਟੇ ਵੇਖ ਨਾ ਪੱਤੇ ਕਿਸ ਤਰ੍ਹਾਂ ਦੇ, ਡੋਡੀ ਕਿਸ ਤਰ੍ਹਾਂ ਦੀ, ਇਹਦੀ ਡੋਡੀ ਨੂੰ ਫੋਲ ਕੇ ਤੇ ਵੇਖ। ਉਹਨੇ ਕਿਹਾ ਅੱਛਾ ਅੱਛਾ ਚਲੋ ਮੈਂ ਤੈਨੂੰ ਫੋਲ ਕੇ ਵਿਖਾ ਦਿੰਦਾ। ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸਿਓ ਨਾ, ਫਲੀਏ ਫੁਲੀਏ ਬੱਪੜੇ ਭੀਤਨ ਵਿੱਚ ਸਵਾ। ਐਡਾ ਵੱਡਾ ਬੂਟਾ ਫਲਿਆ ਫੁਲਿਆ ਤੇ ਉਹਨੇ ਡੋਡੀ ਉਹਦੀ ਫੋਲ ਕੇ ਨਾ ਵਿਖਾ ਕੇ, ਤੇ ਆਖਿਆ ਲੈ ਸੱਜਣਾ ਜੇ ਪੁੱਛਣਾ ਹੀ ਚਾਹੁੰਦਾ ਹੈ ਨਾ ਵੀ ਮੈਂ ਇਹਨੂੰ ਕਿਉਂ ਨੀ ਕਬੂਲਿਆ, ਮੈਂ ਇਹਨੂੰ ਪ੍ਰਵਾਨ ਕਿਉਂ ਨੀ ਕੀਤਾ, ਤੇ ਆ ਲੈ ਇਹਦੀ ਡੋਡੀ ਚ ਤਿਲ ਨਹੀਂ ਉਹ ਸਵਾ ਹੀ। ਐਡੇ ਐਡੇ ਮੋਟੇ ਢਿੱਡਾਂ ਵਾਲੇ ਇਸ ਤਰ੍ਹਾਂ ਹੀ ਰਹਿ ਜਾਣਗੇ ਜੇ ਕੋਈ ਬੁਆੜ ਦਾ ਬੂਟਾ ਰਹਿ ਜਾਂਦਾ ਹੈ, ਕਿਉਂਕਿ ਇਹਨਾਂ ਦੇ ਅੰਦਰ ਗੁਰਮਤ ਨਹੀਂ, ਇਹਨਾਂ ਦੇ ਅੰਦਰ ਵਕਾਰਾਂ ਦੀ ਸਵਾਹ ਹੈ, ਇਹਨਾਂ ਦੇ ਅੰਦਰ ਗੁਰੂ ਪੰਥ ਦਾ ਦੁੱਖ ਰੂਪੀ ਸਵਾਹ ਹੈ। ਇਹ ਗੁਰੂ ਨਾਨਕ ਦੇ ਘਰ ਦੇ ਦੁਖੀ ਨੇ, ਜਿਸ ਤਰ੍ਹਾਂ ਬੂਟਾ ਤਿਲਾਂ ਦਾ ਜਿਉ ਬੁਆੜ ਤਿਲ ਖੇਤ ਮਾਏ ਇਕੱਲਾ ਰਹਿ ਜਾਂਦਾ ਹੈ। ਸੰਤ ਕਾ ਦੁਖੀ ਛੁੱਟੇ ਅਕੇਲਾ, ਇਕੱਲੇ ਰਹਿ ਜਾਣਗੇ ਕਦੀ। ਗੁਰੂ ਨਾਨਕ ਸਾਹਿਬ ਅੰਮ੍ਰਿਤ ਧਾਰੀਆਂ ਨੂੰ, ਨਾਮ ਜਪਣ ਵਾਲਿਆਂ ਨੂੰ, ਸਿਮਰਨ ਕਰਨ ਵਾਲਿਆਂ ਨੂੰ ਆਪਣੇ ਘਰ ਪ੍ਰਵੇਸ਼ ਦੇ ਦੇਣਗੇ, ਇਹ ਇਕੱਲੇ ਰਹਿ ਜਾਣਗੇ ਕਦੀ ਰੋਂਦੇ। ਪਤਾ ਉਦਣ ਲੱਗੂ ਜਦੋਂ ਸਜ਼ਾ ਮਿਲੂ। ਇਨਸਾਨ ਜਦੋਂ ਗੁਨਾਹ ਕਰਦਾ ਹੈ ਨਾ ਉਹਨੂੰ ਨੀ ਪਤਾ ਹੁੰਦਾ ਮੈਨੂੰ ਸਜ਼ਾ ਕੀ ਮਿਲਣੀ, ਪਤਾ ਉਦਣ ਲੱਗਦਾ ਜਦੋਂ ਜੇਲ੍ਹ ਦੀ ਕਾਲ ਕੋਠੜੀ ਚ ਸੜਦਾ ਹੈ, ਪਤਾ ਉਦਣ ਲੱਗਦਾ ਜਦੋਂ ਗਰਮੀ ਵਿੱਚ ਪੱਖਾ ਨੀ ਹੁੰਦਾ ਜੇਲ੍ਹ ਚ, ਪਤਾ ਉਦੋਂ ਲੱਗਦਾ ਜਦੋਂ ਠੰਡਾ ਫਰਿੱਜ ਦਾ ਪਾਣੀ ਨੀ ਮਿਲਦਾ, ਰੋਟੀ ਚੰਗੀ ਖਾਣ ਨੂੰ ਨੀ ਮਿਲਦੀ, ਸ਼ੀਸ਼ਾ ਪਾ ਕੇ ਰੋਟੀ ਚ ਪੀ ਕੇ ਦਿੰਦੇ ਦੇ ਤੇ ਦਾਲ ਪਤਲੀ ਪਾਣੀ ਨਾਲ ਹੁੰਦੀ ਜੇ ਜਿਹਦੇ ਨਾਲ ਕਹਿੰਦੇ ਖਾ ਕੇ ਕਰ ਗੁਜ਼ਾਰਾ, ਤੇ ਕਹਿੰਦਾ ਮੈਂ ਇਸ ਤਰ੍ਹਾਂ ਦੀ ਰੋਟੀ ਨੀ ਖਾਣੀ, ਕਹਿੰਦੇ ਖਾਣੀ ਪੈਣੀ ਨਾਨਕੇ ਥੋੜਾ ਹੋਇਆ ਜੇਲ੍ਹ ਚ ਆਇਆ। ਇਸ ਤਰ੍ਹਾਂ ਛੁੱਟ ਜਾਂਦਾ ਇਕੱਲਾ ਉਹ ਜੀਵ ਜਿਹੜਾ ਗੁਰੂ ਪੰਥ ਦੀ, ਗੁਰੂ ਦੀ ਨਿੰਦਾ ਕਰਦਾ ਹੈ, ਸੰਤਾਂ ਦੀ ਨਿੰਦਾ ਕਰਦਾ ਹੈ। ਆਖੋ ਵਾਹਿਗੁਰੂ। ਸੰਤ ਕਾ ਦੁਖੀ ਛੁੱਟੇ ਅਕੇਲਾ, ਜਿਉ ਬਵਾੜ ਤਿਲ ਖੇਤ ਮਾਏ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ। ਆਖੋ ਵਾਹਿਗੁਰੂ। ਧਰਮ ਮਣੇ ਮਰਿਆਦਾ ਅਸੂਲ, ਜਿਹੜੇ ਸੰਤ ਦੀ ਨਿੰਦਾ ਕਰਨ ਵਾਲੇ ਨੇ ਨਾ ਉਹ ਮਰਿਆਦਾ ਤੋਂ ਹੀਣ ਹੋ ਜਾਂਦੇ, ਉਹ ਸੱਚੀ ਸੁੱਚੀ ਮਰਿਆਦਾ ਚ ਨਹੀਂ ਰਹਿੰਦੇ, ਅੰਮ੍ਰਿਤ ਵੇਲੇ ਨਹੀਂ ਉੱਠਦੇ, ਇਸ਼ਨਾਨ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ, ਪਰ ਉਪਕਾਰੀ ਨਹੀਂ ਰਹਿੰਦੇ, ਉਹਨਾਂ ਦੇ ਅੰਦਰ ਰੁਚੀਆਂ ਮਾੜੀਆਂ ਆ ਜਾਂਦੀਆਂ, ਕੁਦਰਤ ਉਹਨਾਂ ਦੇ ਅੰਦਰ ਇਹ ਗੁਨਾਹ ਭਰ ਦਿੰਦੀ, ਕੁਦਰਤ ਉਹਨਾਂ ਚ ਨੈਗੇਟਿਵ ਸੋਚਾਂ ਭਰ ਦਿੰਦੀ, ਜਿਹੜੇ ਗੁਰੂ ਪੰਥ ਦੀ, ਸੰਤਾਂ ਦੀ, ਗੁਰਮੁਖਾਂ ਪਿਆਰਿਆਂ ਦੀ ਤੇ ਗੁਰੂ ਨਾਨਕ ਪਾਤਸ਼ਾਹ ਦੀ ਨਿੰਦਾ ਕਰਦੇ ਕਰਦੇ ਨੇ ਬੜੇ ਬਾਬੇ। ਆਖੋ ਵਾਹਿਗੁਰੂ। ਸੰਤ ਕਾ ਦੁਖੀ ਧਰਮ ਤੇ ਸੰਤ ਕਾ ਦੁਖੀ ਸਦ ਆ ਵੇਖਿਆ ਜੇ ਕੀ ਕਹਿੰਦੇ ਸਾਡੇ ਬਾਬੇ ਕੋਲ ਆਓ ਤੇ ਮਹਾਰਾਜ ਐ ਤੇ ਐ ਕਰ ਦਿੰਦੇ, ਕਰਦੇ ਕਿ ਨਹੀਂ, ਬੋਲਦੇ ਕਿ ਨਹੀਂ, ਬੋਲੋ ਕਿਤੇ ਇੱਕ ਵਾਰ ਤੇ ਆਣ ਕੇ ਵੇਖੋ, ਇੱਕ ਵਾਰ ਤੇ ਮਹਾਂਪੁਰਸ਼ਾਂ ਕੋਲ ਆਓ,
ਉਹ ਤੇ ਐਸੀ ਰੇਖ ਚ ਮੇਖ ਮਾਰਦੇ ਮਹਾਰਾਜ ਤਕਦੀਰਾਂ ਬਦਲ ਦਿੰਦੇ। ਇਹ ਤੇ ਅੱਗੋਂ ਸਿਦਕ ਆ ਨਾ ਕਿਸੇ ਦਾ ਪੱਕਾ ਹੋਵੇ, ਆਖੇ ਭਰਾ ਮੇਰੀ ਤਕਦੀਰ ਜਿੰਨੀ ਚੰਗੀ ਜਿੰਨੀ ਲਿਖੀ ਮੇਰੇ ਪਧਾਤੇ ਨੇ ਓਨੀ ਚੰਗੀ ਮੈਂ ਬਦਲਾਉਣੀ ਨਹੀਂ, ਮਗਰ ਜਿਹਨੂੰ ਥੋੜਾ ਜਿਹਾ ਲਾਲਚਾ ਵੀ ਮੇਰੀ ਤਕਦੀਰ ਬਦਲ ਦੇਵੇ ਉਹ ਤੇ ਭੱਜ ਗਿਆ ਗੱਡੀ ਲੈ ਕੇ। ਮੇਰੇ ਸਾਹਿਬ ਕਹਿੰਦੇ ਨੇ ਜਿਹੜਾ ਸੰਤ ਦਾ ਦੁਖੀ ਆ ਸਦਾ ਝੂਠ ਬੋਲਦਾ ਹੈ। ਕੀ ਬੋਲਦਾ? ਰੱਜ ਕੇ ਬੋਲਣਾ, ਸੰਤ ਕਾ ਦੁਖੀ ਸਦ ਮਿਥਿਆ ਬਣੇ। ਝੂਠ ਬੋਲਦੇ ਨੇ ਲੋਕੀ, ਬੜੇ ਬੋਲਦੇ, ਤੁਸੀਂ ਵੀ ਜਾਣਦੇ, ਮੈਂ ਵੀ ਜਾਣਦਾ। ਤੁਹਾਡੇ ਗੁਆਂਢੋਂ ਕੋਈ ਡੇਰੇ ਤੇ ਜਾਂਦਾ ਹੋਵੇ ਕਿਸੇ ਤੇ ਬਾਬਿਆਂ ਦੇ ਕੋਲ, ਉਹ ਕਹਿੰਦੇ ਭਾਣ ਜੀ ਉੱਥੇ ਤੇ ਗਾਂ ਮਰ ਗਈ ਸੀ ਤੇ ਬਾਬਿਆਂ ਨੇ ਆਖਿਆ ਜਿਉਂਦੀ ਹੋ ਜਾ ਤੇ ਗਾਂ ਜਿਉਂਦੀ ਹੋ ਗਈ, ਉਹ ਦੁੱਧ ਨਹੀਂ ਸੀ ਦਿੰਦੀ। ਬਾਬਿਆਂ ਨੇ ਵੇਖਿਆ ਦੁੱਧ ਦੇਣ ਲੱਗ ਪਈ, ਇਤਨਾ ਦਾ ਕੁਫਰ ਤੋਲਦੇ। ਆਖੋ ਵਾਹਿਗੁਰੂ। ਅੱਗੇ ਕਹਿੰਦੇ ਕਿਰਤ ਨਿੰਦਕ ਕਾ ਧੁਰ ਹੀ ਪਿਆ। ਇਹ ਜਿਹੜੀ ਕਿਰਤ ਕਰ ਰਿਹਾ ਨਿੰਦਾ ਕਰ ਰਿਹਾ, ਇਹ ਨਹੀਂ ਵੀ ਇੱਥੇ ਇਹਨੂੰ ਇਹ ਧੁਰ ਤੋਂ ਲਿਖਿਆ ਹੈ ਵੀ ਤੇਰੀ ਖੁਆਰੀ ਹੋਣੀ, ਤੇਰੇ ਕੋਲ ਇਹ ਖੁਆਰ ਹੋਣਾ ਹੀ ਪੈਣਾ ਤੈਨੂੰ। ਨਾਨਕ ਜੋ ਤੇ ਸੁਭਾਵ ਹੈ ਸੋਈ ਇੱਥਿਆ। ਜੋ ਸਵਾਹਿਗੁਰੂ ਪਰਮੇਸ਼ਵਰ ਨੂੰ ਪਾਉਂਦਾ ਹੈ ਇਹਦੇ ਮੱਥੇ ਤੇ ਜੋ ਲਿਖਿਆ ਸੀ ਉਹ ਇਹਦੇ ਨਾਲ ਹੋ ਰਿਹਾ, ਕਿਤਨਾ ਬਖਸ਼ਿਆ ਜਾਊਗਾ। ਆਖੋ ਵਾਹਿਗੁਰੂ। ਕੋਈ ਨਿੰਦਾ ਕਰੇ ਸਤਿਗੁਰ ਪੂਰੇ ਕੀ, ਇਹ ਸਵੇਰੇ ਸੁਣਿਆ ਤੁਸੀਂ। ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਆ ਸੁਣਿਓ, ਕੋਈ ਬੋਲੋ ਨਾ ਬਾਣੀ ਆ ਕੋਈ। ਫਿਰ ਸ਼ਰਨ ਗੁਰੇ ਆਵੇ, ਫਿਰ ਨਿੰਦਾ ਕਰਨ ਵਾਲਾ ਫਿਰ ਗੁਰੂ ਦੀ, ਪਿਛਲੇ ਗੁਨਾਹ ਸਤਿਗੁਰ ਬਖਸ਼ ਲੈ, ਇਤਨਾ ਲਿਖਿਆ। ਪਿਛਲੇ ਸਤ ਸੰਗਤ ਨਾਲ ਮਿਲਾਵੇ, ਸਤ ਸੰਗਤ ਨਾਲ। ਹੁਣ ਇੱਥੇ ਨਿੰਦਾ ਕਰਨ ਵਾਲਾ ਵੀ ਆਣ ਕੇ ਬਹਿ ਜੇ ਤੇ ਆਪਾਂ ਇਹ ਥੋੜਾ ਕਹਾਂਗੇ ਤੂੰ ਬਾਹਰ ਬਹਿ ਜਾ ਵੀ ਨਿੰਦਾ ਕਰਨਾ, ਵਿੱਚ ਹੀ ਬਲਾਂਗੇ ਨਾ ਸਤ ਸੰਗਤ ਨਾਲ। ਅੱਗੇ ਪ੍ਰਮਾਣ ਦਿੱਤਾ ਜੀ ਕਿਤਨਾ ਬੁਲਾ ਲੈਂਦਾ ਐਡੇ ਪਾਪੀ ਨੂੰ, ਕਹਿੰਦੇ ਜੋ ਮੀਂਹ ਪਵੇ, ਇਤਨਾ ਲਿਖਿਆ ਜੇ ਚੌਥੇ ਪਾਤਸ਼ਾਹ ਨੇ, ਜੋ ਮੀਂਹ ਪਵੇ ਗਲੀਆਂ ਨਾਲਿਆਂ ਟੋਭਿਆਂ ਕਾ, ਜਲ ਜਾਏ ਪਵੇ ਵਿੱਚ ਸੁਰਸਰੀ। ਗਲੀਆਂ ਦਾ ਨਾਲਿਆਂ ਦਾ ਟੋਭਿਆਂ ਦਾ ਗੰਦਾ ਪਾਣੀ ਗੰਗਾ ਚ ਪੈ ਜਾਂਦਾ ਹੈ ਤੇ ਗੰਗਾ ਵਿੱਚ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਏ। ਪਤਾ ਨਹੀਂ ਲੱਗਾ, ਗਲੀ ਨਾਲਿਆਂ ਦਾ ਗੰਦਾ ਪਾਣੀ ਜਿਸ ਤਰ੍ਹਾਂ ਗੰਗਾ ਚ ਪੈ ਕੇ ਪਵਿੱਤਰ ਹੋ ਜਾਂਦਾ ਹੈ, ਇਸ ਤਰ੍ਹਾਂ ਨਿੰਦਕ ਪਾਪੀ ਕੁਕਰਮੀ ਬੰਦਾ ਵੀ ਜਦੋਂ ਬਾਬੇ ਨਾਨਕ ਦੀ ਸ਼ਰਨ ਵਿੱਚ ਆ ਜਾਂਦਾ ਹੈ ਸਤ ਸੰਗਤ ਨਾਲ ਮਿਲਾਵੇ, ਆਂਦਾ ਬਹਿ ਜਾ ਇੱਥੇ ਤੂੰ ਵੀ, ਕੀ ਤੂੰ ਵੀ ਇੱਥੇ ਹੀ ਬਹਿ ਜਾ ਤੇ ਤੈਨੂੰ ਵੀ ਲੋਕੀ ਤੇਰਾ ਵੀ ਜੋੜਾ ਚੁੱਕ ਕੇ ਮਸਤਕ ਨੂੰ ਲਾਉਣ। ਕੱਲ ਤੱਕ ਨਿੰਦਾ ਕਰਨੇ ਆ, ਅੱਜ ਤੇਰਾ ਜੋੜਾ ਚੁੱਕ ਕੇ ਵੀ ਇਹ ਨਹੀਂ ਕਹਿਣਗੇ ਇਹਨੇ ਨਿੰਦਾ ਕੀਤੀ, ਇਹਦਾ ਜੋੜਾ ਨਹੀਂ ਫੜਨਾ, ਇਹ ਨਿੰਦਾ ਕੀਤੀ ਇਹਨੂੰ ਆਪਾਂ ਸੰਗਤ ਵਿੱਚ ਨਹੀਂ ਬਹਿਣ ਦੇਣਾ। ਨਾ ਨਾ, ਉਹਨੂੰ ਵੀ ਕਹਿਣਾ ਗੁਰੂ ਰੂਪ ਸੰਗਤ ਜੀ, ਗੁਰੂ ਦਾ ਰੂਪ ਹੋ ਗਿਆ। ਇਸ ਤਰ੍ਹਾਂ ਮੇਰੇ ਸਤਿਗੁਰੂ ਅੱਜ ਪਾਤਸ਼ਾਹ ਜੀ ਕਹਿੰਦੇ ਨਾਨਕ ਜੋਤ ਸੁਭਾਵੇ ਸੋਈ ਥੀ ਹੈ। ਅੱਗੇ ਜਾ ਕੇ ਲਿਖਿਆ ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ, ਰੂਪ ਵਿਗੜ ਜਾਂਦਾ ਹੈ, ਸਾਰਾ ਕਰਦਾਰ ਵਿਗੜ ਜਾਂਦਾ ਉਸ ਬੰਦੇ ਦਾ ਜਿਹੜਾ ਗੁਰੂ ਦੀ ਨਿੰਦਾ ਕਰਦਾ ਹੈ। ਸੰਤ ਕੇ ਦੁਖੀ ਕੋ ਦਰਗੇ ਮਿਲੇ ਸਜਾਏ, ਦਰਗਾਹ ਚ ਤੇ ਪਤਾ ਨੀ ਕਿੰਨੀ ਮਾਰ ਪੈਂਦੀ ਹੋਊਗੀ। ਮੇਰੇ ਸਤਿਗੁਰੂ ਅੱਗੇ ਕਹਿੰਦੇ ਸੰਤ ਕਾ ਦੁਖੀ ਸਦਾ ਸਹਿਕਾਈਏ, ਸਹਿਕਦਾ ਹੈ ਸੰਤ ਕਾ ਦੁਖੀ, ਨਾ ਮਰੇ ਨਾ ਉਹਦੀ ਜਾਨ ਨਿਕਲਦੀ, ਨਾ ਮਰਨ ਜੋਗਾ ਨਾ ਜੀਣ ਜੋਗਾ ਰਹਿੰਦਾ ਹੈ। ਸੰਤ ਕੇ ਦੁਖੀ ਕੀ ਪੁੱਜੇ ਨਾ ਆਸਾ, ਉਹਦੀ ਕੋਈ ਆਸ ਪੂਰੀ ਨਹੀਂ ਹੁੰਦੀ ਜਦੋਂ ਧਰਤੀ ਤੋਂ ਉੱਠ ਕੇ ਜਾਂਦਾ ਹੈ ਨਾ। ਆਖੋ ਵਾਹਿਗੁਰੂ। ਰਹਿਣ ਵਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ਼, ਸਾਰਾ ਜੀਵਨ ਨਿੰਦਗੀਆਂ ਕਰਦਿਆਂ ਕਰਦਿਆਂ ਜ਼ਿੰਦਗੀ ਬੀਤ ਗਈ ਤੇ ਜਦੋਂ ਤੁਸੀਂ ਕਿਤੇ ਦੁਕਾਨ ਤੇ ਸੌਦਾ ਲੈਣ ਜਾਓ ਸਵੇਰ ਤੋਂ ਸ਼ਾਮਾਂ ਤੱਕ ਲੈਣ ਚ ਵੀ ਲੱਗੇ ਰਹੋ ਤੇ ਤੁਹਾਨੂੰ ਸੌਦਾ ਨਾ ਮਿਲੇ, ਆਉਣ ਲੱਗਿਆ ਮੂੰਹ ਕਿਤਰਾਂ ਦਾ ਹੁੰਦਾ, ਨਿਰਾਸ਼ ਹੋਏ ਆਉਂਦੇ ਹੋ ਕਿ ਨਹੀਂ। ਇਹ ਮਨੁੱਖਾ ਜਨਮ ਚ ਆਏ ਵੀ ਲੈਣ ਚ ਵੀ ਲੱਗੇ ਰਹੇ, ਮਗਰ ਜਿਹੜਾ ਸੌਦਾ ਲੈਣ ਆਏ ਸੀ ਉਹ ਸੌਦਾ ਮਿਲਿਆ ਨਾ। ਸੰਤ ਕਾ ਦੁਖੀ ਉੱਠ ਚੱਲੇ ਨਿਰਾਸ਼ਾ, ਨਿਰਾਸ਼ਾ ਨਿਰਾਸ਼ ਚੱਲ ਜਾਂਦਾ ਹੈ, ਕੋਈ ਆਸਾ ਇਹਦੀ ਪੂਰੀ ਨਹੀਂ ਹੁੰਦੀ ਜਿਹੜਾ ਭਾਈ ਗੁਰੂ ਦੀ ਨਿੰਦਾ ਕਰਦਾ ਹੈ, ਜਿਹੜਾ ਸੰਤਾਂ ਮਹਾਂਪੁਰਸ਼ਾਂ ਗੁਰਮੁਖ ਪਿਆਰਿਆਂ ਦੀ ਨਿੰਦਾ ਕਰਦਾ ਹੈ, ਰੱਬੀ ਬੰਦਗੀ ਕਰਨ ਵਾਲਿਆਂ ਦੀ ਨਿੰਦਾ ਕਰਦਾ ਹੈ, ਜਿਹੜਾ ਉਹਨਾਂ ਦੇ ਬਾਰੇ ਉਂਗਲਾਂ ਚੁੱਕਦਾ ਹੈ। ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਉਹ ਇੱਥੋਂ ਨਿਰਾਸ਼ ਹੀ ਉੱਠ ਕੇ ਚੱਲ ਜਾਂਦਾ ਹੈ। ਸੰਤ ਕਹਿ ਦੁਖ ਨਾ ਤ੍ਰਿਸ਼ਟੇ ਕੋਏ, ਜੈਸਾ ਭਾਵੇ ਤੈਸਾ ਕੋਈ ਹੋਏ। ਸੰਤ ਦੇ ਦੁੱਖ, ਸੰਤ ਦੇ ਨਾਲ ਦੁੱਖ ਰੱਖਣ ਕਰਕੇ ਕਦੀ ਤ੍ਰਿਪਤੀ ਨਹੀਂ ਆਉਂਦੀ, ਕਦੀ ਸ਼ਾਂਤੀ ਨਹੀਂ ਆਉਂਦੀ। ਜੈਸਾ ਭਾਵ ਹੈ ਤੈਸਾ ਕੋਈ ਹੋਏ, ਜਿਸ ਤਰ੍ਹਾਂ ਮੇਰੇ ਮਾਲਕ ਨੂੰ ਪਾਉਂਦਾ ਹੈ ਉਸ ਤਰ੍ਹਾਂ ਹੀ ਉਹਦੇ ਨਾਲ ਮਿਲਾਪ ਹੁੰਦਾ ਹੈ,
ਉਤਰੇ ਉਹਦੇ ਨਾਲ ਸਜ਼ਾ ਮਿਲਦੀ। ਪਿਆ ਕਿਰਤ ਨਾ ਮੇਟੇ ਕੋਏ, ਜਿਹੜਾ ਉਹਦੇ ਕਰਮਾਂ ਚ ਲਿਖਿਆ ਏ ਉਹਨੂੰ ਹੋਰ ਕੋਈ ਨੀ ਮਿਟ ਸਕਦਾ। ਇਸ ਗੱਲ ਨੂੰ ਕੌਣ ਜਾਣ ਸਕਦਾ ਹੈ? ਇੱਧਰ ਉੱਧਰ ਜਿੱਥੇ ਮਰਜ਼ੀ ਤੁਰਿਆ ਫਿਰੇ, ਮਹਾਰਾਜ ਮੈਂ ਕਰ ਬੈਠਾ ਸੰਤਾਂ ਦੀ ਨਿੰਦਾ, ਆਖੋ ਵਾਹਿਗੁਰੂ। ਆ ਹੁਣੇ ਸੁਣਿਆ ਨਾ ਰਾਜਪੁਰੇ ਵਾਲੇ ਬੰਦਿਆਂ ਦਾ ਗੱਲ, ਵੀ ਮਹਾਰਾਜ ਮੈਂ ਆਹ ਕੁਝ ਕਹਿ ਬੈਠਾ। ਉਹਨਾਂ ਕਿਹਾ ਨਾ ਵੀ ਮੇਰੇ ਕੋਲ ਤੇ ਕੋਈ ਪਾਵਰ ਨਹੀਂ ਤੁਹਾਡਾ ਕੋੜ ਦੂਰ ਕਰਨ ਦੀ, ਉੱਥੇ ਹੀ ਜਾਓ। ਪਿਆ ਕਿਰਤ ਨਾ ਮੇਟੇ ਕੋਏ, ਇਹ ਗੱਲ ਕੌਣ ਜਾਣਦਾ ਹੈ? ਨਾਨਕ ਜਾਣੇ ਸੱਚਾ ਸੋਏ। ਉਹ ਵਾਹਿਗੁਰੂ ਪਰਮੇਸ਼ੁਰ ਇਹ ਜਾਣਦਾ ਵਾ ਵੀ ਜੋ ਇਹਦੀ ਤਕਦੀਰ ਲਿਖੀ ਆ ਭਾਈ, ਇਹਨੂੰ ਕੋਈ ਨੀ ਮਿਟਾ ਸਕਦਾ। ਜੇ ਗੁਰ ਕੀ ਸ਼ਰਨੀ ਫਿਰੇ ਉਹ ਆਵੇ, ਬੋਲੋ ਫਿਰ ਬੋਲੋ। ਨਿੰਦਾ ਕਰਨ ਵਾਲਾ ਜੇ ਗੁਰੂ ਦੀ ਸ਼ਰਨ ਚ ਆ ਜੇ, ਜੇ ਗੁਰ ਕੀ ਸ਼ਰਨੀ ਫਿਰੇ ਉਹ ਆਵੇ, ਤਾਂ ਪਿਛਲੇ ਅਵਗੁਣ ਬਖਸ਼ ਲਿਆ। ਉਹਦੇ ਪਿਛਲੇ ਔਗਣ ਮੇਰਾ ਸਤਿਗੁਰੂ ਸਾਰੇ ਬਖਸ਼ ਦਿੰਦਾ ਹੈ। ਅੱਗੇ ਪਿਛਲੇ ਪਦੇ ਵਿੱਚ ਹੁਣ ਸਾਹਿਬ ਜੀ ਕਹਿੰਦੇ ਸਭ ਘੱਟ ਤਿਸਕੇ, ਬੋਲੋ ਘੱਟ ਮਣੇ ਸਰੀਰ, ਆ ਸਾਰੇ ਸਰੀਰ ਉਹਦੇ ਹੀ ਨੇ। ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਵੇਖਣ ਹਾਰਾ, ਸਾਰੀਆਂ ਅੱਖਾਂ ਚ ਬੈਠਾ ਵੇਖ ਆਪ ਰਿਹਾ, ਸਾਰੇ ਸਰੀਰਾਂ ਵਿੱਚ ਆਪ ਹੀ ਵਰਤ ਰਿਹਾ। ਸਭ ਘੱਟ ਤਿਸਕੇ ਉਹ ਕਰਨੇ ਹਾਰ, ਉਹੀ ਸਭ ਕੁਝ ਇਹਦੇ ਅੰਦਰ ਚਲਾ ਰਿਹਾ, ਉਹਦੀ ਸ਼ਕਤੀ ਨਾਲ ਸਭ ਕੁਝ ਬੋਲਦਾ ਵੇਖਦਾ ਸੁਣਦਾ, ਸਭ ਕੁਝ ਉਹੀ ਆ। ਸਦਾ ਸਦਾ ਤਿਸ ਕੋ ਨਮਸਕਾਰ, ਉਹਦੀ ਨਿੰਦਾ ਨਾ ਕਰੋ ਦੁਨੀਆਂ ਦੇ ਲੋਕੋ, ਉਹਨੂੰ ਸਦਾ ਸਦਾ ਨਮਸਕਾਰ ਕਰੋ, ਉਹਦੀ ਨਿੰਦਾ ਨਾ ਕਰੋ। ਸਭ ਘੱਟ ਤਿਸ ਕੇ ਉਹ ਕਰਨੇ ਹਾਰ। ਇੱਥੋਂ ਇੱਕ ਸਵਾਲ ਹੋਰ ਸਪਸ਼ਟ ਹੁੰਦਾ, ਆਖੋ ਵਾਹਿਗੁਰੂ, ਧਿਆਨ ਦਿਓ। ਇੱਕ ਸਪਸ਼ਟੀ ਹੋਰ ਹੋਈ ਵੀ ਜਦੋਂ ਆਹ ਤੁਕ ਲਿਖੀ ਵੀ ਸਭ ਘੱਟ ਤਿਸ ਕੇ ਉਹ ਕਰਨੇ ਹਾਰ, ਇੱਥੋਂ ਪਤਾ ਲੱਗਾ ਵੀ ਸੰਤ ਕਿਹਨੂੰ ਕਹਿ ਰਿਹਾ ਸੀ? ਨਹੀਂ ਪਤਾ ਲੱਗਾ ਜੀ? ਪਤਾ ਲੱਗਾ ਥੋੜਾ ਬਹੁਤਾ ਵੀ ਸੰਤ ਸ਼ਬਦ ਜਿਹੜਾ ਵਾਰ ਵਾਰ ਕਹਿੰਦੇ ਆ ਰਹੇ ਨੇ, ਹੁਣ ਉਹਦੀ ਪਾਵਰ ਦਾ ਗੱਲ ਕਰ ਰਿਹਾ ਵੀ ਜਿਹਦੀ ਨਿੰਦਾ ਕਰਕੇ ਇਹ ਫਲ ਲੱਗਦੇ ਸੀ ਨਾ, ਸਭ ਘੱਟ ਤਿਸ ਕੇ। ਪਤਾ ਲੱਗਾ ਵੀ ਇਹ ਗੁਰੂ ਦੀ ਗੱਲ ਚੱਲ ਰਹੀ ਸੀ, ਨਾ ਕਿ ਕਿਸੇ ਮੇਰੇ ਵਰਗੇ ਚੋਲੇ ਵਾਲੇ ਦੀ, ਗੁਰੂ ਦੀ ਗੱਲ ਚੱਲ ਰਹੀ। ਸਭ ਘੱਟ ਤਿਸ ਕੇ ਇਹ ਸਾਰੇ ਉਹਦੇ ਹੀ ਘਰ ਨੇ, ਉਹ ਕਰਨੇ ਹਾਰ। ਦੁਨੀਆ ਦੇ ਲੋਕੋ ਉਹਦੀ ਨਿੰਦਾ ਨਾ ਕਰੋ, ਸਦਾ ਸਦਾ ਤਿਸ ਕੋ ਨਮਸਕਾਰ, ਸਦਾ ਸਦਾ ਤਿਸ ਕੋ ਨਮਸਕਾਰ। ਮੇਰੇ ਸਾਹਿਬ ਜੀ ਅੱਗੇ ਕਹਿੰਦੇ ਪ੍ਰਭ ਕੀ ਉਸਤਤ, ਹੁਣ ਸਪਸ਼ਟ ਹੋਰ ਹੋ ਗਿਆ, ਸਪਸ਼ਟ ਹੋਰ ਹੋ ਗਿਆ ਕੀ ਵੀ ਇਹ ਸਾਰੇ ਸ਼ਬਦ ਜਿੰਨੇ ਕਹੇ ਸੀ ਪਰਮੇਸ਼ੁਰ ਲਈ ਕਹੇ ਸੀ, ਗੁਰੂ ਲਈ ਕਹਿ ਰਹੇ ਸੀ? ਨਹੀਂ ਨਹੀਂ, ਕੇਵਲ ਭੇਖ ਲਈ ਨਹੀਂ, ਇੱਕ ਅਵਸਥਾ ਇੱਕ ਗੁਰੂ ਦੇ ਬਾਰੇ ਇਸ਼ਾਰਾ ਸੀ। ਤੁਸੀਂ ਦੁਨੀਆਂ ਦੇ ਲੋਕੋ ਦੀ ਨਿੰਦਾ ਨਾ ਕਰੋ, ਪ੍ਰਭ ਕੀ ਉਸਤਤ ਕਰੋ, ਕਿਸੇ ਧਿਆਵੋ, ਕਿਸੇ ਧਿਆਵੋ। ਸਾਸ ਗ੍ਰਾਸ ਨਿਤ ਜਪੀਏ, ਸਾਸ ਗ੍ਰਾਸ ਕਿਹਦਾ? ਨਾਉ ਪਰਵਦਗਾਰ ਦਾ, ਨਾਉ ਜਿਹੜਾ ਰੋਟੀ ਦੇਣ ਵਾਲਾ ਹੈ ਦੁਨੀਆਂ ਦੇ ਲੋਕੋ, ਉਹਦੀ ਨਿੰਦਾ ਨਾ ਕਰੋ, ਉਹਦੇ ਬਾਰੇ ਊਲ ਜਲੂਲ ਨਾ ਮੂੰਹ ਚ ਬੋਲੋ, ਉਹਦੀ ਉਸਤਤ ਕਰੋ। ਸਵਾਸ ਗ੍ਰਾਸ ਨਿਤ ਜਪੀਏ, ਸਾਸ ਗ੍ਰਾਸ ਨਾਉ ਪਰਵਦ, ਜਿਸਨੂੰ ਕਰੇ ਰਹਮ ਤਿਸਨਾ ਵਸਾਰਦਾ, ਆਪ ਅਪਾਵਣ ਹਾਰ ਆਪੇ ਹੀ ਮਾਰਦਾ, ਜਿਸ ਦੇ ਹੋਵੇ ਵੱਲ, ਬੋਲੋ ਜਿਸ ਦੇ ਕੀ ਲਿਖਿਆ, ਸੋ ਕਦੇ ਭਰੋਸਾ ਰੱਖੋ ਸੋ ਕਦੇ ਨਾ ਹਾਰਦਾ। ਉਹਦੀ ਅਦਾਲਤ ਵਿੱਚ ਜਾ ਕੇ ਜਿਹਦੇ ਵੱਲ ਗੁਰੂ ਆ ਨਾ, ਉਹ ਕਦੀ ਕੇਸ ਨਹੀਂ ਹਾਰਦਾ। ਇੱਕ ਵਾਰ ਜਲਾਲਾਬਾਦ ਸ਼ਹਿਰ ਆ ਫਿਰੋਜ਼ਪੁਰ ਦੇ ਕੋਲ, ਆਖੋ ਵਾਹਿਗੁਰੂ, ਉੱਥੇ ਅੰਮ੍ਰਿਤ ਦਾ ਵਾਟਾ ਤਿਆਰ ਹੋਇਆ, 70 ਪ੍ਰਾਣੀਆਂ ਅੰਮ੍ਰਿਤ ਛਕਿਆ। ਜਿਹੜਾ ਉੱਥੇ ਗੁਰਮੁਖ ਪਿਆਰਾ ਕੋਈ ਕਥਾ ਕਰ ਰਿਹਾ ਸੀ, ਆਖੋ ਵਾਹਿਗੁਰੂ, ਉਹਨੇ ਇਸ ਤਰ੍ਹਾਂ ਦੀ ਕਥਾ ਕੀਤੀ ਵੀ 70 ਪ੍ਰਾਣੀ ਤੁਸੀਂ ਅੱਜ ਬਰੀ ਹੋ ਗਏ, ਤੁਹਾਡਾ ਕੇਸ ਗੁਰੂ ਗੋਬਿੰਦ ਸਿੰਘ ਨੇ ਲੜਿਆ। ਧਿਆਨ ਦਿਓ ਜਰਾ, ਇਸ ਤਰ੍ਹਾਂ ਬੈਠੋ, ਤੁਹਾਡਾ ਕੇਸ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਲੜਿਆ। ਨਿਰਗੁਣ ਸਰੂਪ ਚ ਜੱਜ ਬਣ ਕੇ ਬੈਠਾ ਗੁਰੂ ਗੋਬਿੰਦ ਸਿੰਘ, ਹਰ ਦੋ ਆਲਮ ਸ਼ਾਹ, ਦੋ ਲੋਕਾਂ ਦਾ ਮਾਲਕ ਤੇ ਆਪ ਹੀ ਹੈ ਨਾ, ਇਹ ਨਹੀਂ ਵੀ ਵਕੀਲ ਬਣ ਕੇ ਗੁਰੂ ਗੋਬਿੰਦ ਸਿੰਘ ਗਿਆ ਤੇ ਜੱਜ ਅੱਗੇ ਕੋਈ ਹੋ ਰਿਹਾ। ਹਰ ਦੋ
ਨਿਰਗੁਣ ਸਰੂਪ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਉੱਥੇ ਪ੍ਰਕਾਸ਼ਮਾਨ। ਆਖੋ ਵਾਹਿਗੁਰੂ। ਇਧਰੋਂ ਜਿਹੜੇ 70 ਜੀਆਂ ਨੇ ਅੰਮ੍ਰਿਤ ਛਕਿਆ, ਉਹ ਕਹਿੰਦਾ ਵੀ ਇਹਨਾਂ ਦਾ ਕੇਸ ਲੜਨ ਲਈ ਉਹ ਤੇ ਕਾਲੇ ਕੱਪੜੇ ਪਾ ਕੇ ਜਾਂਦੇ ਨੇ ਵਕੀਲ, ਇਹ ਨੀਲਾ ਬਣਾ ਪਾ ਕੇ ਗਿਆ। ਅੱਜ ਸਿਰ ਤੇ ਕਲਗੀ ਨਹੀਂ, ਅੱਜ ਦਮਾਲਾ ਹੈ। ਆਖੋ ਵਾਹਿਗੁਰੂ। ਦਮਾਲਾ ਹੈ, ਗਲ ਚ ਪਰਨਾ ਹੈ, ਕਮਰ ਕੱਸਾ ਹੈ। ਉਹਦੇ ਕੋਲ ਕਾਨੂੰਨ ਦੀ ਕਿਤਾਬ ਹੁੰਦੀ, ਇਹਨਾਂ ਦੇ ਕੋਲ ਪੰਜ ਗ੍ਰੰਥੀ, ਗੁਰੂ ਗ੍ਰੰਥ ਸਾਹਿਬ ਦੀ ਪੋਥੀ ਦਲੀਲਾਂ ਦੇਣ, ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਪੋਥੀ ਬਾਣੀ ਦੀ। ਆਖੋ ਵਾਹਿਗੁਰੂ। ਕੋਲ ਲੈ ਕੇ ਗਏ, ਉੱਥੇ ਜਾ ਕੇ ਆਖਿਆ ਜੀ ਆਪਾਂ ਜਿਹੜੇ 70 ਜੀਆਂ ਨੇ ਅੰਮ੍ਰਿਤ ਛਕਿਆ ਨਾ, ਇਹਨਾਂ ਨੂੰ ਮਾਫ਼ ਕਰ ਦਿਓ। ਅੱਗੋਂ ਜੱਜ ਬੋਲਿਆ ਇਹਨਾਂ ਗੁਨਾਹ ਬੜੇ ਕੀਤੇ ਨੇ। ਆਖੋ ਵਾਹਿਗੁਰੂ। ਉਹਨਾਂ ਨੇ ਤੁਕ ਪੜ ਕੇ ਦੱਸੀ, ਇਹ ਜੰਤ ਵਿਚਾਰੇ ਕਿਆ ਕਰੇ, ਇਹ ਸਭ ਖੇਲ ਤੁਮ ਸਵਾਮੀ, ਇਹ ਤੇ ਸਾਰੇ ਕਰੇ ਕਰਾਵੇ ਆਪੇ ਆਪ, ਇਹ ਤੁਹਾਡੀ ਬਾਣੀ ਤੁਹਾਡੇ ਕਾਨੂੰਨ ਚ ਲਿਖਿਆ। ਤੇ ਅੱਗੋਂ ਜੱਜ ਸਾਹਿਬ ਨੇ ਆਖਿਆ ਹਾਂ ਲਿਖਿਆ, ਫਿਰ ਇਹਨਾਂ ਨੂੰ ਮਾਫ਼ ਕਰੋ। ਅਜੇ ਤਸੱਲੀ ਨਹੀਂ ਹੋਈ, ਜੱਜ ਸਾਹਿਬ ਬੋਲੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੋ ਜਹਾਨ ਦੇ ਮਾਲਕ ਨੇ ਆਖਿਆ, ਤੁਹਾਡੇ ਦਰਬਾਰ ਦੇ ਉੱਤੇ ਜਦੋਂ ਅਸੀਂ ਇਹਨਾਂ ਨੂੰ ਲੈ ਕੇ ਆਏ ਹਾਂ ਨਾ, ਤੇ ਤੁਹਾਡੀ ਅਦਾਲਤ ਦੇ ਬਾਹਰ ਲਿਖਿਆ ਕਿ ਅਫੂਅਲ ਗੁਨਾਹ ਹੈ। ਇਹ ਜਿਹੜਾ ਅੰਦਰ ਜੱਜ ਬੈਠਾ ਹੈ ਇਹ ਅਫੂਅਲ, ਇਹਦਾ ਮਤਲਬ ਸਾਰੇ ਗੁਨਾਹ ਮਾਫ਼ ਕਰਨ ਵਾਲਾ। ਜੇ ਤੁਸੀਂ ਸਾਰੇ ਗੁਨਾਹ ਮਾਫ਼ ਕਰਨ ਵਾਲੇ ਹੋ ਤੇ ਹੁਣ ਚਾਰਜ ਇਹਨਾਂ ਤੇ ਕਾਹਦਾ, ਇਹਨਾਂ ਨੂੰ ਸਜ਼ਾ ਕਾਹਦੀ? ਜਦੋਂ ਇਹਨਾਂ ਨੇ ਮੰਨ ਹੀ ਲਿਆ ਵੀ ਅਸੀਂ ਕੀਤੇ ਤੇ ਆਣ ਕੇ ਬਖਸ਼ਾਉਣ ਆ ਗਏ, ਕਾਗਜ਼ ਪੜਵਾਉਣ ਆ ਗਏ, ਤੇ ਪੜ ਦਿਓ ਕਾਗਜ਼। ਚੰਗੀਆਂ ਚੰਗੀਆਂ ਸੋਹਣੀਆਂ ਸੋਹਣੀਆਂ ਦਲੀਲਾਂ ਦੇ ਕੇ, ਤੇ ਇਹ ਵੀ ਕਿਹਾ ਵੀ ਰਾਜਾਨ ਰਾਜ ਤੇ ਦੀਵਾਨ, ਨਮੋ ਸ਼ਾਹ ਸ਼ਾਹੇ ਤੇ ਨਮੋ ਮਹਾ। ਇਹ ਵੀ ਕਿਹਾ ਵੀ ਅਫੂਅਲ ਗੁਨਾਹ ਹੈ ਕਿ ਸ਼ਾਹਾਨ, ਅਫੂਅਲ ਗੁਨਾਹ। ਸਤਿਗੁਰੂ ਜੀ ਸਾਨੂੰ ਇਹ ਵੀ ਪਤਾ ਹੈ ਵੀ ਤੇਰੀ ਅਦਾਲਤ ਤੋਂ ਅੱਗੇ ਕੋਈ ਅਦਾਲਤ ਹੀ ਨਹੀਂ, ਸ਼ਾਹਾਨ ਸ਼ਾਹਾਂ ਦਾ, ਤੁਸੀਂ ਸ਼ਾਹਾਂ ਦੇ ਸ਼ਾਹ ਜੇ। ਇਹ ਨੀ ਵੀ ਇਸ ਅਦਾਲਤ ਚ ਤੁਸੀਂ ਛੱਡ ਦੋਗੇ ਤੇ ਅਗਲੀ ਅਦਾਲਤ ਵਿੱਚ ਕੇਸ ਹੋ ਜੂ, ਤੁਹਾਡੇ ਤੋਂ ਵੱਡੀ ਅਦਾਲਤ ਹੀ ਕੋਈ ਨੀ, ਬਰੀ ਕਰੋ ਇਹਨਾਂ ਨੂੰ। ਉਹਨੇ ਇਹੋ ਜਿਹੀਆਂ ਦਲੀਲਾਂ ਕਥਾ ਚ ਦਿੱਤੀਆਂ, ਇੰਨਾ ਮਾਹੌਲ ਕ੍ਰੀਏਟ ਕਰਤਾ ਵੀ ਸਾਰੀ ਸੰਗਤ ਨੇ ਜਕਾਰੇ ਛੱਡ ਛੱਡ ਕੇ ਵਿੱਚੋਂ ਪ੍ਰਵਾਨਗੀ ਦੇ ਕੇ ਵਾਕਿਆ 70 ਜੀ ਬਰੀ ਕਰਾ ਦਿੱਤੇ। ਕਰ ਦਿੰਦਾ ਹੈ ਕਿਉਂਕਿ ਪਾਵਰ ਉਹਦੇ ਹੱਥ ਵਿੱਚ ਆ। ਸਭ ਕੁਛ ਵਰਤੇ ਤਿਸਕਾ ਕੀਆ, ਬੋਲੋ ਜੈਸਾ ਕਰੇ ਜੈਸਾ ਉਹ ਕਰੂ ਤੈਸਾ ਹੀ ਹੋਊ। ਉਹਦੇ ਤੋਂ ਅੱਗੇ ਥੋੜਾ ਉੱਤੇ ਕੋਈ ਬੈਠਾ ਹੈ ਵੀ ਇਹਦੇ ਆਰਡਰ ਕੀਤਿਆਂ ਨੂੰ ਅਗਲਾ ਮੋੜ ਦੂਗਾ, ਉਹਦੇ ਤੇ ਅੱਗੇ ਹੀ ਕੋਈ ਨਹੀਂ। ਆਖੋ ਵਾਹਿਗੁਰੂ। ਫਿਰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਆਪਣਾ ਖੇਲ ਆਪੇ ਕੀਤਾ ਸੀ ਉਹਨੇ, ਸਾਰਾ ਕੁਝ ਜੀਆਂ ਕੋਲੋਂ ਖੇਲ ਆਪ ਹੀ ਕਰਵਾਇਆ। ਆਪਣਾ ਖੇਲ ਆਪ ਕਰੇ, ਆਪ ਕਰਨੇ ਹਾਰ ਦੂਸਰ ਕੌਣ, ਦੂਸਰਾ ਕਿਹੜਾ ਜਿਹੜਾ ਵਿਚਾਰ ਕਰੇ ਵੀ ਇੱਥੇ ਇਸ ਤਰ੍ਹਾਂ ਕਿ ਹੋਇਆ, ਇੱਥੇ ਇਸ ਤਰ੍ਹਾਂ ਕਿ ਹੋਇਆ। ਸਾਰੀ ਗੱਲ ਤੇ ਉਹਦੀ ਆਪਣੀ ਚੱਲ ਰਹੀ ਸੀ। ਤੇ ਮੇਰੇ ਸਤਿਗੁਰੂ ਅੱਗੇ ਜਾ ਕੇ ਕਹਿੰਦੇ ਜਿਸ ਨੂੰ ਕਿਰਪਾ ਕਰੇ, ਆ ਫੈਸਲਾ ਦੇਣ ਲੱਗੇ, ਜਿਸ ਨੂੰ ਇਤਨਾ ਨਹੀਂ ਸਮਾਪਤੀ ਆ, ਇੱਥੋਂ ਖਿੱਚ ਕੇ ਆਖੋ ਜਿਸ ਨੂੰ, ਹਾਲੀ ਨੀ ਪੂਰੀ ਤਸੱਲੀ ਨੀ ਮੇਰੀ ਹੋਈ, ਜਿਸ ਨੂੰ, ਜਿਸ ਨੂੰ ਕੀ ਦੇਣਾ ਉਹਨੂੰ, ਤਿਸ ਆਪਣ ਨਾਮ ਦੇ। ਆ ਸੁਣ ਲਓ, ਜਿਸ ਨੂੰ, ਇੱਥੇ ਇਹ ਨੀ ਲਿਖਿਆ ਜਿਸ ਨੂੰ ਕਿਰਪਾ ਕਰੇ ਉਹਨੂੰ ਉਹ ਬਣਾ ਦੇ, ਜਿਸ ਨੂੰ ਕਿਰਪਾ ਕਰੇ ਉਹਨੂੰ ਪੈਸੇ ਦੇ, ਜਿਹਨੂੰ ਕਿਰਪਾ ਕਰੇ ਉਹਨੂੰ ਵੱਡੀ ਗੱਡੀ ਦੇ ਦੇ। ਨਾ ਨਾ, ਜਿਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ, ਤੇ ਨਾਲ ਹੀ ਦਿੱਤਾ ਵਡਭਾਗੀ ਨਾਨਕ ਜਨ ਸੇ। ਹੇ ਨਾਨਕ, ਉਹ ਵੱਡੇ ਭਾਗਾਂ ਵਾਲੇ ਸੇਵਕ ਨੇ ਜਿਹਨਾਂ ਦੇ ਮੂੰਹ ਵਿੱਚ ਸਤਿਗੁਰੂ ਨੇ ਨਾਮ ਦਾ ਧਨ ਪਾ ਦਿੱਤਾ, ਅੰਮ੍ਰਿਤ ਪਾ ਦਿੱਤਾ, ਜਿਹਨਾਂ ਦੀ ਝੋਲੀ ਚ ਅੰਮ੍ਰਿਤ ਪਾ ਦਿੱਤਾ। ਬ੍ਰਹਮ ਗਿਆਨ ਕੀ ਸੋਭਾ, ਬ੍ਰਹਮ ਗਿਆਨੀ ਬਣੀ ਨਾਨਕ, ਬ੍ਰਹਮ ਗਿਆਨੀ ਸਰਬ ਕਾ ਧਨੀ।
सजना।